ਹੈਲੋ ਕਲਾਸ 7th ਅੱਜ ਤੁਹਾਨੂੰ ਅਸੀਂ ਦੂਜਾ ਕਦਮ ਪਾਠ 7 ਦੇ ਸੌਰੀ ਭਾਗ 7 ਦੇ ਪਾਠ ਨੰਬਰ 8 ਕਰਾਉਣ ਲੱਗੇ ਨੇ ਤੁਸੀਂ ਆਪਣੀ ਕਿਤਾਬਾਂ ਖੋਲ ਲਿਓ ਪਾਠ ਦਾ ਨਾਮ ਹੈ ਪਹਿਲ ਇਹ ਪਾਠ ਮੈਂ ਤੁਹਾਨੂੰ ਪਹਿਲਾਂ ਵੀ 14 ਅਗਸਤ ਨੂੰ ਕਰਾਇਆ ਸੀ ਹੁਣ ਤੁਹਾਨੂੰ ਇਹਦੀ ਮੈਂ ਸਰਲਾਰਥ ਕਰਾਂਦੀ ਆ ਇਹ ਕਵਿਤਾ ਹੈਗੀ ਹੈ ਇਹਨਾਂ ਦੇ ਲਿਖਣ ਵਾਲੇ ਕਵੀ ਦਾ ਨਾਮ ਹੈ ਸ਼ੀਰ ਸਰਦਾਰ ਚਰਨ ਸਿੰਘ ਸ਼ਹੀਦ ਠੀਕ ਹੈ ਜੀ ਚਲੋ ਅਸੀਂ ਇਹਨੂੰ ਪੜ੍ਹਨੇ ਆ ਤੁਸੀਂ ਇਹ ਸਰਲਾਰਥ ਲਿਖਨੇ ਵੀ ਹੈਗੇ ਤੇ ਯਾਦ ਵੀ ਕਰਨੇ ਆ ਪਹਿਲਾਂ ਤੁਸੀਂ ਸੁਣ ਕੇ ਸਮਝ ਲਿਓਗੇ ਫਿਰ ਤੁਸੀਂ ਕਾਪੀ 'ਚ ਲਿਖੋਗੇ ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ ਖੋਤਾ ਲਿਆਆ ਦਾਗਦਾਰ ਨੇ ਦੇਖ ਬਿਮਾਰੀ ਨੁਸਖਾ ਲਿਖ ਪਕੜਾਇਆ ਕਹਿਣ ਲੱਗਾ ਇਹ ਚੀਜ਼ਾਂ ਪੀ ਕੇ ਇੱਕ ਨਲਕੀ ਵਿੱਚ ਪਾਏ ਨਲਕੀ ਇਸ ਦੀ ਨਾਮ ਵਿੱਚ ਰੱਖ ਨਲਕੀ ਇਸ ਦੀ ਨਾਸ ਵਿੱਚ ਰੱਖ ਫੂਕ ਜ਼ੋਰ ਦੀ ਲਾਈ ਨਾਸ ਮਤਲਬ ਨਾਕ ਇਹ ਨਸਵਾਰ ਨਾਸ ਦੀ ਰਾਹੀ ਜਦੋਂ ਜਦੋਂ ਮਗਜ ਵਿੱਚ ਜਾਉ ਤੇਰੇ ਇਸ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾਓ ਅਰਬੀ ਘੋੜਾ ਜੋ ਹੁੰਦਾ ਹੈ ਉਹ ਬਹੁਤ ਸਫੁਰਤ ਤੇ ਫੁਰਤੀਲਾ ਹੁੰਦਾ ਹੈ ਤੰਦਰੁਸਤ ਹੁੰਦਾ ਹੈ ਤਾਕਤਵਰ ਹੁੰਦਾ ਹੈ ਤਾਂ ਉਹ ਇੱਕ ਖੋਤੇ ਕੋ ਲੈ ਕੇ ਡਾਕਟਰ ਕੇ ਪਾਸ ਆਤਾ ਹੈ ਚਲिए ਅਬ ہم ਇਸ ਕੀ ਵਿਆਖਿਆ ਪੜ੍ਹਦੇ ਹਾਂ ਸਭ ਤੋਂ ਪਹਿਲੇ ਤਾਂ ਆਪਕੋ ਇਸਕਾ ਪਰਸੰਗ ਲਿਖਣਾ ਹੈ ਤੁਸੀਂ ਲਿਖੋਗੇ ਵੀ ਦਿੱਤਾ ਗਿਆ ਸੰਤਰਾ ਤੁਹਾਡੀ ਪੰਜਾਬੀ ਦੀ ਪੰਜਾਬੀ ਦੀ ਪੁਸਤਕ ਦੂਜਾ ਕਦਮ ਭਾਗ 7 ਵਿੱਚੋਂ ਸੰਕਲਿਤ ਕਵਿਤਾ ਪਹਿਲ ਦਾ ਤੋਂ ਲਿਤਾ ਗਿਆ ਹੈ ਇਸ ਦੇ ਕਵੀ ਸ੍ਰੀ ਸਰਦਾਰ ਚਰਨ ਸਿੰਘ ਸ਼ਹੀਦ ਜੀ ਨੇ ਇੱਕ ਮਜ਼ਾਕੀਆ ਕਵਿਤਾ ਲਿਖੀ ਹੈ ਜਿਦੇ ਵਿੱਚ ਬੁੱਧੂ ਖੋਤੇ ਦਾ ਵਰਣਨ ਕੀਤਾ ਗਿਆ ਹੈ ਤੇ ਤੁਸੀਂ ਅੱਗੇ ਫਿਰ ਵਿਆਖਿਆ ਲਿਖੋਗੇ ਪ੍ਰਸੰਗ ਤੁਸੀਂ ਆਪ ਲਿਖਣਾ ਜਿਵੇਂ ਮੈਂ ਦੱਸਿਆ ਤੁਸੀਂ ਐਵੇਂ ਲਿਖੋਗੇ ਅੱਗੇ ਹੈਗਾ ਹੈ ਵਿਆਖਿਆ ਇਹ ਕਵਿਤਾ શ્રી ਸਰਦਾਰ ਚਰਨ ਸਿੰਘ ਸ਼ਹੀਦ ਜੀ ਦੀ ਹਾਸਰਸ ਕਵਿਤਾ ਹੈ ਹਾਸਰਸ ਮਤਲਬ ਹਸਾਉਣ ਵਾਲੀ ਕਵਿਤਾ ਇਨ੍ਹਾਂ ਸੰਤਰਾ ਵਿੱਚ ਕਵੀ ਲਿਖਦਾ ਹੈ ਕਿ ਇੱਕ ਵਾਰ ਇੱਕ ਬੁੱਧੂ ਜਾਨਵਰਾਂ ਦੇ ਹਸਪਤਾਲ ਵਿੱਚ ਬਿਮਾਰ ਖੋਤਾ ਲੈ ਕੇ ਆ ਗਿਆ ਇੱਕ ਬੁੱਧੂ ਬੰਦਾ ਸੀ ਬੰਦਾ ਬੁੱਧੂ ਸੀ ਉਹ ਖੋਤੇ ਨੂੰ ਲੈ ਕੇ ਆ ਗਿਆ ਡਾਕਟਰ ਨੇ ਉਸ ਦੀ ਬਿਮਾਰੀ ਵੇਖ ਕੇ ਉਸ ਨੂੰ ਇਲਾਜ ਲਈ ਨੁਸਖਾ ਦੱਸਿਆ ਡਾਕਟਰ ਨੇ ਕੁਝ ਚੀਜ਼ਾਂ ਲਿਖ ਕੇ ਦਿੱਤੀਆਂ ਤੇ ਬੁੱਧੂ ਨੂੰ ਕਿਹਾ ਕਿ ਇਹ ਸਾਰੀ ਚੀਜ਼ਾਂ ਪੀ ਕੇ ਇੱਕ ਨਲਕੀ ਵਿੱਚ ਇੱਕ ਚੀਜ਼ਾਂ ਪੀ ਕੇ ਇੱਕ ਨਲਕੀ ਵਿੱਚ ਪਾ ਲਈ ਤੇ ਨਲਕੀ ਨੂੰ ਖੋਤੇ ਦੀ ਨੱਕ ਵਿੱਚ ਰੱਖ ਕੇ ਦੁੱਜੇ ਪਾਸਿਓਂ ਜ਼ੋਰ ਦੀ ਫੂਕ ਮਾਰੀ ਨਲਕੀ ਜਿਹਨੂੰ ਨਾਲ ਵੀ ਕਹਿੰਦੇ ਆ ਨਾ ਪਸ਼ੂਵਾਂ ਨੂੰ ਅਸੀਂ ਜਦੋਂ ਕੋਈ ਦਵਾਈ ਜਾਂ ਕੋਈ ਲੱਸੀ ਜਾਂ ਕੋਈ ਤੇਲ ਦੇਣਾ ਹੁੰਦਾ ਹੈ ਤੇ ਅਸੀਂ ਉਸ ਨਾਲ ਵਿੱਚ ਪਾ ਕੇ ਦਿੰਦੇ ਆ ਤੇ ਉਹਦੇ ਉਂਝ ਤਾਂ ਉਹ ਪਿੱਛੋਂ ਬੰਦ ਹੁੰਦੀ ਹੈ ਲੇਕਿਨ ਜਿਹੜੀ ਡਾਕਟਰ ਨੇ ਦੱਸੀ ਹੈ ਉਹ ਉਹ ਇਸ ਤਰ੍ਹਾਂ ਦੀ ਨਲਕੀ ਦੱਸੀ ਹੈ ਜਿਹਦੇ ਵਿੱਚ ਪਿੱਛੇ ਵੀ ਸੁਰਾਖ ਸੀ ਜਿੱਥੋਂ ਪਿੱਛੋਂ ਫੋਗ ਮਾਰेंगे ਤਾਂ ਉਹ ਜਿਹੜੀ ਜਿਹੜਾ ਚੀਜ਼ਾਂ ਲਿਖੀਆਂ ਨੇ ਉਹ ਅੱਗੇ ਜਾ ਸਕਦੀਆਂ ਨੇ ਜੇ ਸੁਰਾਖ ਨਹੀਂ ਹੋਵੇ ਤਾਂ ਫੂਕ ਦਾ ਵੀ ਕੋਈ ਅਸਰ ਨਹੀਂ ਹੁੰਦਾ ਹੈਗਾ ਤੇ ਪਿਆਰੇ ਬੱਚੋ ਡਾਕਟਰ ਨੇ ਕਿਹਾ ਕਿ ਤੁਸੀਂ ਇਹ ਚੀਜ਼ਾਂ ਪੀ ਕੇ ਇੱਕ ਨਲਕੀ ਵਿੱਚ ਪਾ ਲਈ ਤੇ ਇਹ ਨਲਕੀ ਨੂੰ ਖੋਤੇ ਦੀ ਨੱਕ ਵਿੱਚ ਰੱਖ ਕੇ ਦੂਜੇ ਪਾਸਿਓਂ ਜ਼ੋਰ ਦੀ ਫੂਕ ਮਾਰੀ ਇਸ ਤਰ੍ਹਾਂ ਇਹ ਪੀਸੀ ਹੋਈ ਨਸਵਾਰ ਨਸਵਾਰ ਇੱਕ ਤਮਾਕੂ ਟਾਈਪ ਜਿਹਾ ਹੁੰਦਾ ਹੈਗਾ ਉਹਨੂੰ ਪੀਸ ਕੇ ਡਾਕਟਰ ਨੇ ਉਹ ਪੀਸ ਕੇ ਉਹਨੂੰ ਦੇ ਦਿੱਤਾ ਸੀ ਔਰ ਨੱਕ ਤੇ ਚੜ ਜਾਂਦੀ ਹੈ ਤੇ ਹੁਣ ਹੁਣ ਬੰਦੇ ਨੂੰ ਫਿਰ ਛਿੱਕਾਂ ਆਣ ਲੱਗ ਪੈਂਦੀਆਂ ਨੇ ਨਸਵਾਰ ਜਦੋਂ ਨੱਕ ਰਾਹੀਂ ਦਿਮਾਗ ਵਿੱਚ ਜਾਊ ਤਾਂ ਖੋਤਾ ਅਰਬੀ ਘੋੜੇ ਵਾਂਗ ਤੇਜ਼ ਤੋੜੇਗਾ ਮੀਨਸ ਕਿ ਜੇ ਉਹ ਬੁੱਧੂ ਬੰਦੇ ਨੂੰ ਡਾਕਟਰ ਨੇ ਆਖਿਆ ਵੀ ਜੇ ਤੂੰ ਇਹ ਨਲਕੀ ਸਾਰਾ ਸਮਾਨ ਪਾ ਕੇ ਖੋਤੇ ਨੂੰ ਦੇ ਦੇਗਾ ਤੇ ਤੇਰਾ ਘੋੜਾ ਤੇਰਾ ਜਿਹੜਾ ਖੋਤਾ ਹੈ ਨਾ ਉਹ ਖੋਤਾ ਮੀਨਸ ਇਹ ਕਮਜ਼ੋਰ じゃ ਨਹੀਂ ਰਹੇਗਾ ਇਹ अरबी घोड़े वाग चुस्त सबूत स्वार्थ स्वस्थ हो, हो जाएगा दूजा संतरा है कुछ चिर मगरों ख करता बुधू मुड़ के आया बिंजू वांग बिंजू वांग बुरा वांगू बुरा उसने हसी मुंह बनाया डॉक्टर देन डॉक्टर ने सोचिया होसी गधे दुलती लाई हासा रोक पूछिया बुद्धू एक ही शक्ल बनाई ਵਿਆਖਿਆ ਹੈਗੀ ਹੈ ਇਸ ਵਿਆਖਿਆ ਵਿੱਚ ਵੀ ਪ੍ਰਸੰਗ ਉਸ ਤਰ੍ਹਾਂ ਹੀ ਲਿਖਣਾ ਜਿਵੇਂ ਉੱਤੇ ਵਾਲੇ ਪ੍ਰਸੰਗ ਵਿੱਚ ਲਿਖਿਆ ਸੀ ਇੱਥੇ ਤੁਸੀਂ ਇੱਕ ਲਾਈਨ ਇਹ ਐਡ ਕਰ ਸਕਦੇ ਹੋ ਵੀ ਜਦੋਂ ਡਾਕਟਰ ਨੇ ਦਵਾਈ ਦੇ ਦਿੱਤੀ ਤੇ ਉਸ ਦੇ ਥੋੜੀ देर ਪਿੱਛੇ ਬੁੱਧੂ ਆਪਣੇ ਘੋੜੇ ਦਾ ਹਾਲ ਚਾਲ ਦੱਸਣ ਵਾਸਤੇ ਡਾਕਟਰ ਕੋਲ ਆਇਆ ਵਿਆਖਿਆ ਹੈ ਇਨ੍ਹਾਂ ਸੰਤਰਾ ਵਿੱਚ ਲਿਖਿਆ ਹੈ ਕਿ ਦਵਾਈ ਲਿਖੋਂ ਤਾਂ ਕੁਝ ਚੀਰ ਮਗਰੋਂ ਬੁੱਧੂ ਖੰਗਦਾ ਮੀਨਸ ਖਾਂਸਤਾ ਹੁਆ ਖੰਗਦਾ ਹੋਇਆ ਵਾਪਸ ਡਾਕਟਰ ਕੋਲ ਆਇਆ ਉਸਨੇ ਬਿੱਜੂ ਵਾਂਗ ਆਪਣਾ ਮੂੰਹ ਬਣਾਇਆ ਬਣਾ ਰੱਖਿਆ ਸੀ ਬਿੱਦੂਵਾਂਗ ਆਪਣਾ ਮੂੰਹ ਬਣਾ ਰੱਖਿਆ ਸੀ ਡਾਕਟਰ ਉਸਦੀ ਹਾਲਤ ਵੇਖ ਕੇ ਸਮਝਿਆ ਕਿ ਉਸਨੇ ਉਸ ਦੇ ਖੋਤੇ ਨੇ ਉਸ ਨੂੰ ਦੁਲਤੀ ਮਾਰੀ ਹੋਏਗੀ ਦੁਲਤੀ ਮੀਨਸ ਪਿੱਛੇ ਦੀ ਦੋ ਲੱਤਾਂ ਜਦੋਂ ਅਸੀਂ ਕਿਸੇ ਜਾਨਵਰ ਨੂੰ ਜਾਨਵਰ ਸਾਡੇ ਤੋਂ ਪਰੇਸ਼ਾਨ ਹੋ ਜਾਂਦਾ ਹੈ ਤਾਂ ਉਹ ਆਪਣੀ ਲੱਤਾਂ ਨਾਲ ਸਾਨੂੰ ਮਾਰਦਾ ਹੈਗਾ ਦੁਲਤੀ ਮਾਰੀ ਹੋਏਗੀ ਡਾਕਟਰ ਨੇ ਆਪਣਾ ਹੱਥ ਸਾਰੋ ਗਿਆ ਉਸਨੇ ਪੁੱਛਿਆ ਕਿ ਤੂੰ ਅਜੇ ਹੀ ਸ਼ਕਲ ਕਿਉਂ ਬਣਾਈ ਹੈ अजी मतलब माड़ी जी शकल क्यों बनाई है तू हंस क्यों नहीं रहा है तू तो दुखी क्यों है तीजा पैरा है कह लगा कोरे लैके मैं चीजा सब लियाँ पीस पीस पूस के छान छून के जदों टिचन हो गई नलकी पा, नलकी उसने नथने टकाई नथने मीनस नाक दा का एक सुराख इसको नथना बोलते हैं हमारे भी होते हैं ना नाक में दो छेद ऐसे ही ਐਸੇ ਖੋਤੇ ਕੇ ਵੀ ਹੁੰਦੇ ਆ ਦੂਜੀ ਤਰਫੋਂ ਫੂਕ ਨਾਲ ਹਿਤ ਮੈਂ ਨਲਕੀ ਮੂੰਹ ਪਾਈ ਮੇਰੀ ਫੁੱਕੋਂ ਪਹਿਲਾਂ ਹੀ ਜਾ ਫੁੱਕ ਗਦੇ ਨੇ ਮਾਰੀ ਮੇਰੇ ਗਲ ਤੇ ਅੰਦਰ ਧਸ ਗਈ ਝਟ ਦਵਾਈ ਸਾਰੀ ਅੱਲਾ ਬਖਸ਼ੇ ਫੂਕ ਉਸ ਦੀ ਵਾਂਗ ਹਨੇਰੀ ਆਈ ਨਲਕੀ ਵੀ ਲੰਗ ਲੰਗ ਜਾਣੀ ਸੀ ਮੈਂ ਫੜ ਕੇ ਮਸਾਂ ਬਚਾਈ ਓਰੇ ਵਾਹ क्या बात है ना देखो कितनी मज़ेदार और हंसने वाली कविता है वो कह रहा है कि जिस वक्त मैंने उसके नाक में वो दवाई की नलकी रखी और मैं फूँक मारने लगा तो उससे पहले गधे ने ही फूँक मार दी नाक से भी हवा निकलती है ना हमारी जब हम सांस लेते हैं तब वापस छोड़ते हैं तो उस जब मालिक ने बुद्धू ने गधे की नाक में नलकी रख के फूक मारनी थी तो उससे पहले गधे ने ही उस नलकी में नाक से फूक मार दी और सारी दवाई कहाँ चली गई बुद्धू के गले में चढ़ गई और बड़ी कह रहा है कि बड़ी मुश्किल से मैंने वो नलकी बचाई वो तो नलकी उड़ जाती क्योंकि इतनी तेज हवा मारी थी उसने ऐसे लग रहा था जैसे आंधी आ गई आंधी चलिए अब व्याख्या पढ़ते हैं इन्ह संतरा विच लिखा है कि बुद्धू होंदिया कुरलांदिया कुरलांदिया रोंदिया कुरलांदिया मीनस दुखी होया हो रोंदा होया और ਬੁਰਬੁਰ ਕਰਦਾ ਹੋਇਆ ਡਾਕਟਰ ਨੂੰ ਕਹਿਣ ਲੱਗਾ ਕਿ ਜੋ ਨੁਸਖਾ ਤੁਸੀਂ ਦਿੱਤਾ ਸੀ ਉਸ ਅਨੁਸਾਰ ਸਭ ਚੀਜ਼ਾਂ ਲਿਆਈਆਂ ਦੇ ਤੇ ਉਹਨਾਂ ਚੀਜ਼ਾਂ ਨੂੰ ਪੀਸ ਕੇ ਛਾਨ ਕੇ ਤਿਆਰ ਕਰ ਲਿਆ ਤੇ ਉਸ ਦਵਾਈ ਨੂੰ ਨਲਕੀ ਵਿੱਚ ਪਾ ਕੇ ਨਲਕੀ ਨੂੰ ਖੋਤੇ ਦੀ ਨੱਕ ਵਿੱਚ ਟਿਕਾ ਦਿੱਤੀ। ਬੁੱਧੂ ਨੇ ਉਹ ਨਲਕੀ ਖੋਤੇ ਦੀ ਨੱਕ ਵਿੱਚ ਟਿਕਾ ਦਿੱਤੀ। ਉਸ ਪਿਛੋਂ ਦੂਜੇ ਪਾਸਿਓਂ ਫੂਕ ਮਾਰਨ ਲਈ ਨਲਕੀ ਨੂੰ ਆਪਣੇ ਮੂੰਹ ਵਿੱਚ ਪਾ ਲਈ। ਬੁੱਧੂ ਨੇ ਨਲਕੀ ਦਾ ਦੂਸਰਾ ਹਿੱਸਾ ਆਪਣੇ ਮੂੰਹ ਵਿੱਚ ਡਾਲ ਲਿਆ ਪਰ ਮੇਰੀ ਫੂਕ ਤੋਂ ਪਹਿਲਾਂ ਹੀ ਖੋਤੇ ਨੇ ਫੂਕ ਮਾਦੀਪ ਜਿਸ ਜਿਸ ਕਰਕੇ ਸਾਰੀ ਦਵਾਈ ਜਿਸ ਕਰਕੇ ਸਾਰੀ ਦਵਾਈ ਮੇਰੇ ਮੇਰੇ ਗਲੇ ਵਿੱਚ ਆ ਗਈ ਰੱਬ ਬਚਾਵੇ ਉਸ ਦੀ ਹਨੇਰੀ ਵਾਂਗ ਆਈ ਫੂਕ ਤੋਂ ਇਸ ਦੀ ਫੂਕ ਦੇ ਜ਼ੋਰ ਤੇ ਤੋਂ ਤਾਂ ਨਲਕੀ ਵੀ ਨਲਕੀ ਹੀ ਮੇਰੇ ਅੰਦਰ ਲੰਘ ਗਈ ਸੀ ਉਸਨੇ ਮਸਾ ਨਲਕੀ ਨੂੰ ਫੜ ਕੇ ਆਪਣੀ ਜਾਨ ਬਚਾਈ ਬੁੱਧੂ ਕਹਿੰਦਾ ਵੀ ਉਹ ਨਲਕੀ ਨੇ ਜ਼ੋਰ ਦੀ ਫੂਕ ਮਾਰੀ ਸੀ ਉਹ ਨਲਕੀ ਜਿਹੜੀ ਸੀ ਉਹ ਮੇਰੇ ਗਲੇ ਦੇ ਵਿੱਚ ਜਾਣ ਲੱਗੀ ਸੀ ਮੈਂ ਮਸਾ ਹੀ ਉਹਨੂੰ ਮੁਸ਼ਕਿਲ ਤਾਂ ਫੜ ਕੇ ਆਪਣੀ ਜਾਨ ਬਚਾਈ ਜੇ ਉਹ ਨਲਕੀ ਮੇਰੇ ਗਲੇ 'ਚ ਫਸ ਜਾਂਦੀ ਤਾਂ ਮੈਂ ਹੀ ਮਰ ਜਾਣਾ ਸੀ ਹੁਣ ਲਾਸਟ ਸੰਤ ਰਹਿ ਗਏ ਚਲਿਏ ਹੱਸਾ ਆ ਰਿਹਾ ਤੁਹਾਨੂੰ ਮੈਨੂੰ ਤਿਆਰ ਆ ਤੇ ਹਸਪਾਤ ਫਿਰ ਥੋੜਾ ਜਹਾ ਹੈ ਨਾ ਅੱਗੇ ਹੈਗੇ ਉਸ ਦੀ ਉਸ ਦੀ ਸੁਣ ਕੇ ਗਾਲ ਡਾਕਟਰ ਹਸ ਹਸ ਦੌੜਾ ਹੋਇਆ ਬੁੱਧੂ ਉਸ ਨੂੰ ਵੇਖ ਹੱਸਦਿਆ ਦੂਣਾ ਚੌਣਾ ਰੋਇਆ ਹੱਸਦੇ ਰੋਂਦੇ ਦੇਖ ਦੂਆਂ ਨੂੰ ਸੁਥਰਾ ਵੀ ਮੁਸਕਾਇਆ ਸੁਣ ਓ ਬੁੱਧੂ ਇਸ ਜੱਗ ਨੇ ਹੈ ਪਹਿਲ ਤਾਈ ਬੜੇ ਆਇਆ ਜਿੱਦੀ ਜਿੱਦੀ ਫੂਕ ਵੱਜ ਜਾਵੇ ਪਹਿਲਾਂ ਜਿਦੀ ਫੂਕ ਵੱਜ ਜਾਵੇ ਪਹਿਲਾਂ ਜਿੱਤ ਉਸ ਦੀ ਕਹਿੰਦੇ ਤੇਰੇ ਜੀ ਹੈ ਸੁਸਤ ਪਿਛ ਪਿਛ ਰਹੀ ਨੇ ਰੋ ਰੋ ਕਰਦੇ ਰਹਿੰਦੇ ਇਸ ਦੇ ਵਿੱਚ ਇਹ ਕਹੇ ਵੀ ਜਿਹੜਾ ਬੰਦਾ ਪਹਿਲਾਂ ਕੰਮ ਕਰ ਲੈਂਦਾ ਉਹਦੀ ਜਿੱਤ ਹੁੰਦੀ ਹੈ ਜਿਹੜਾ ਆਪਣੇ ਕੰਮ ਵਿੱਚ ਪਿੱਛੇ ਰਹਿ ਜਾਂਦਾ ਉਹ ਹਮੇਸ਼ਾ ਬੁੱਧਵਾਗ ਰੋਂਦਾ ਹੀ ਰਹਿੰਦਾ ਹੈ ਚਲੋ ਇਹ ਵਿਆਖਿਆ پڑھਦੇ ਹਾਂ ਕਵੀ ਅੱਗੇ ਲਿਖਦਾ ਹੈ ਕਿ ਬੁੱਧੂ ਦੀ ਗੱਲ ਸੁਣ ਕੇ ਡਾਕਟਰ ਬੁੱਧੂ ਦੀ ਗੱਲ ਸੁਣ ਕੇ ਡਾਕਟਰ ਦੇ ਢਿੱਡ ਦੀ ਪੀੜਾ ਪੈਣ ਲੱਗੀ ਆ ਢਿੱਡ ਪੀੜੀਆਂ ਪੀੜਾ ਕਿਉਂ ਪੈਣ ਲੱਗੀ ਆ ਵੀ ਡਾਕਟਰ ਇੰਨਾ ਹੱਸਿਆ ਇੰਨਾ ਹਜ਼ਿਆ ਕਿ ਉਹਦਾ ਪੇਟ ਢਿੱਡ ਜਿਹਾਂ ਦੂਰਾ ਹੋ ਗਿਆ ਉਹਦੇ ਪੀੜ ਹੋਣ ਲੱਗੀ ਜਦੋਂ ਅਸੀਂ ਜ਼ਿਆਦਾ ਹੱਸਦੇ ਆ ਤਾਂ ਸਾਡੇ ਢਿੱਡ ਵਿੱਚ ਪੀੜ ਹੋਣ ਲੱਗਦੀ ਆ ਭਾਵ ਉਹ ਹੱਸ-ਹੱਸ ਦੂਰਾ ਹੋ ਗਿਆ ਡਾਕਟਰ ਨੇ ਹੱਸਦੇ ਤੇ ਬੁੱਧੂ ਨੇ ਰੋਂਦਿਆਂ ਵੇਖ ਸੁਥਰਾ ਵੀ ਹੱਸ ਪਿਆ ਸੁਥਰਾ ਵੀ ਬੰਦਾ ਸੀ ਜਿਹੜਾ ਕੋਲੀ ਖਲੋਤਾ ਸੀ ਹੱਸ ਪਿਆ ਤੇ ਕਹਿਣ ਲੱਗਾ ਓ ਬੁੱਦੂ ਤੂੰ ਮੇਰੀ ਗੱਲ ਸੁਣ ਇਸ ਦੁਨੀਆ ਵਿੱਚ ਉਸ ਨੂੰ ਹੀ ਵਡਿਆਇਆ ਵਡਿਆਇਆ ਜਾਂਦਾ ਹੈ ਮੀਨਸ ਉਸ ਦੀ ਹੀ ਵਡਿਆਈ ਕੀਤੀ ਜਾਂਦੀ ਉਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਜੋ ਪਹਿਲ ਕਰਦਾ ਹੈ ਜਿਸ ਦੀ ਫੂਕ ਪਹਿਲਾਂ ਵੱਜ ਜਾਵੇ ਉਸ ਦੀ ਹੀ ਜਿੱਤ ਹੁੰਦੀ ਹੈ ਤੇਰੇ ਵਰਗੇ ਆਲਸੀ ਰੋਂਦੇ ਕਰਲੋਂਦੇ ਪਿੱਛੇ ਹੀ ਰਹਿ ਜਾਂਦੇ ਹਨ ਦੇਖੋ ਇਸ ਕਵਿਤਾ ਤੇ ਹਾਸੇ ਦੇ ਨਾਲ ਨਾਲ ਸਾਨੂੰ ਇੱਕ ਸੰਦੇਸ਼ ਵੀ ਮਿਲਿਆ ਹੈ ਵੀ ਅਸੀਂ ਆਪਣੇ ਕੰਮ ਨੂੰ ਜੇ ਵਕਤ ਤੇ ਕਰ ਲਾਂਗੇ ਤੇ ਫਿਰ ਅਸਾਨੂੰ ਰੋਣਾ ਨਹੀਂ ਪੈਂਦਾ ਜੇ ਬੁੱਧੂ ਨੇ ਫੂਕ ਪਹਿਲਾਂ ਮਾਰ ਦਿੱਤੀ ਹੁੰਦੀ ਤਾ ਉਹਦੇ ਖੋਤੇ ਵਿੱਚ ਦੇ ਨੱਕ ਵਿੱਚ ਦਵਾਈ ਚਲੀ ਜਾਂਦੀ ਤੇ ਉਹ ਖੋਤੇ ਦੀ ਫੂਕ ਨਾਲ ਦਵਾਈ ਬੁੱਧੂ ਤੇ ਗਲੇ ਵਿੱਚ ਨਹੀਂ ਸੀ ਜਾਣੀ ਤੇ ਉਹਨੂੰ ਕਰਲਾਉਣਾ ਨਹੀਂ ਪੈਂਦਾ ਇਹ ਤਾਂ ਸੀ ਤੁਹਾਡੀ ਕਵਿਤਾ ਤੇ ਇਹਦੇ ਸਰਲ ਆਰਥ ਹੁਣ ਅਸੀਂ ਇਹ ਬਹਿਸ ਕਰਾਂਗੇ ਛੇਤੀ ਛੇਤੀ ਪੜਾਂਗੇ ਓਕੇ ਸ਼ਬਦਾਂ ਦੇ ਅਰਥ ਹੈ ਨੁਸਖਾ ਤਰੀਕਾ ਨਸਵਾਰ ਨੱਕ ਰਾਹੀਂ ਸੁੰਘਣ ਵਾਲਾ ਪਦਾਰਥ ਮਗਜ ਦਿਮਾਗ अरबी अरब देश का दुलत्ती मारना दो में लत्ता मारना आ, हट कोरे हो, होके औखे सह लेना मुश्किल मुश्किल लंबे लंबे सांस खींचना टिचन तैयार रऊ रू रोन रौ, रौ, रोन हाके रोंद रहन वाले अल्लाह बख्शे हथ रब भली करे सुथरा हास रसी पात्र हसन वाला पात्र ਇਹ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਮੈਂ ਵਿੱਚ 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 ਤੁਹਾਨੂੰ ਹਿੰਦੀ 'ਚ ਦੱਸਦੀ ਹਾਂ ਮੈਂ ਤੁਹਾਨੂੰ ਸਮਝਾਣ ਲਈ ਦੱਸਦੀ ਹਾਂ ਤੁਸੀਂ ਹਿੰਦੀ ਵਾਲੇ ਨਹੀਂ ਨੋਟ ਕਰਨੇ ਨਾ ਤੁਸੀਂ ਇਹਨਾਂ ਨੂੰ ਇਹ ਸਮਝਣ ਲਈ ਮੈਂ ਤੁਹਾਨੂੰ ਹਿੰਦੀ 'ਚ ਦੱਸਦੀ ਹਾਂ ਕਰਨੇ ਤੁਸੀਂ ਪੰਜਾਬੀ 'ਚ ਹੀ ਹੈਗੇ ਆ ਹੁਣ ਦੂਜਾ ਪ੍ਰਸ਼ਨ ਹੈ ਏਹ ਲਿਖ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਬੁੱਧੂ ਜਾਨਵਰਾਂ ਦੇ ਹਸਪਤਾਲ ਕਿਉਂ ਗਿਆ ਉੱਤਰ ਹੈਗਾ ਬੁੱਧੂ ਜਾਨਵਰਾਂ ਦੇ ਹਸਪਤਾਲ 'ਚ ਆਪਣੇ ਬਿਮਾਰ ਖੋਤੇ ਦੇ ਇਲਾਜ ਲਈ ਗਿਆ ਸੀ ਪ੍ਰਸ਼ਨ ਨੰਬਰ 2 ਡਾਕਟਰ ਨੇ ਬੁੱਧੂ ਨੂੰ ਕੀ ਨੁਸਖਾ ਦਸਿਆ ਉੱਤਰ ਡਾਕਟਰ ਨੇ ਬੁੱਧੂ ਨੂੰ ਦਵਾਈ ਕਾਗਜ਼ ਤੇ ਲਿਖ ਕੇ ਦਿੱਤੀ ਤੇ ਕਿਹਾ ਇਹ ਚੀਜ਼ ਪੀਸ ਕੇ ਪਹਿਨ ਇੱਕ ਨਲਕੀ ਵਿੱਚ ਪਾਈ ਤੇ ਨਲਕੀ ਖੋਤੇ ਦੀ ਨਾਸ ਵਿੱਚ ਰੱਖ ਕੇ ਦੂਜਿਓਂ ਪਾਸੇ ਜ਼ੋਰ ਨਾਲ ਫੂਕ ਮਾਰੀ ਜਦੋਂ ਫੂਕ ਨਾਲ ਨਲਕੀ ਰਾਹੀਂ ਇਹ ਦਵਾਈ ਉਸ ਦੇ ਦਿਮਾਗ ਵਿੱਚ ਗਈ ਤਾਂ ਉਹ ਆਰਬੀ ਘੋੜੇ ਵਾਂਗ ਦੌੜੇਗਾ ਤੀਜਾ ਪ੍ਰਸ਼ਨ ਹੈਗਾ ਬੁੱਧੂ ਡਾਕਟਰ ਕੋਲ ਕਿਉਂ ਵਾਪਸ ਆਇਆ ਕਿਉਂ ਵਾਪਸ ਆਇਆ ਖੋਤੇ ਨੂੰ ਦਵਾਈ ਦੇਣ ਮੌਕੇ ਖੋਤੇ ਦੀ ਫੂਕ ਨਾਲ ਹੀ ਬੁੱਧੂ ਦੇ ਗਲ ਵਿੱਚ ਦਵਾਈ ਧੱਸ ਜਾਣ ਦੀ ਗੱਲ ਸੁਣ ਕੇ ਡਾਕਟਰ ਜੋਰ-ਜੋਰ ਹੱਸਣ ਲੱਗਿਆ ਹਾਂ ਕਿਉਂ ਆਇਆ ਸੀ ਉਹ ਦੱਸਣਾ ਆਇਆ ਸੀ ਵੀ ਗਦੇ ਦੀ ਫੂਕ ਨਾਲ ਉਹ ਜਿਹੜੀ ਦਵਾਈ ਹੈ ਉਹ ਬੁੱਧੂ ਦੇ ਗਲ ਵਿੱਚ ਹੀ ਧੱਸ ਗਈ ਸੀ ਚੌਥਾ ਪ੍ਰਸ਼ਨ ਗਦੇ ਦੀ ਫੂਕ ਗਦੇ ਦੀ ਫੂਕ ਕਿਸ ਤਰ੍ਹਾਂ ਆਈ ਗਦੇ ਦੀ ਫੂਕ ਹਨੇਰੀ ਵਾਂਗ ਆਈ ਸੀ ਹਨੇਰੀ ਮੀਨਸ ਆਂਧੀ ਆਂਧੀ ਮੇ ਤੇਜ਼ ਆਤੀ ਹੈ ਨਾ ਹਵਾ ਵੈਸੀ ਹੀ ਠੀਕ ਹੈ ਪ੍ਰਸ਼ਨ ਨੰਬਰ 5 ਹੈ ਡਾਕਟਰ ਹੱਸ ਹੱਸ ਕੇ ਦੋਰਾ ਕਿਉਂ ਹੋਇਆ ਉੱਤਰ ਹੈ ਖੋਤੇ ਨੂੰ ਦਵਾਈ ਦੇਣ ਮੌਕੇ ਖੋਤੇ ਦੀ ਫੂਕ ਨਾਲ ਹੀ ਬੁੱਦੂ ਨੇ ਬੁੱਦੂ ਦੇ ਗਲ ਵਿੱਚ ਦਵਾਈ ਧੱਸ ਜਾਣ ਦੀ ਗੱਲ ਸੁਣ ਕੇ ਡਾਕਟਰ ਜੋਰ-ਜੋਰ ਨਾਲ ਹਸਨ ਲੱਗਾ ਪ੍ਰਸ਼ਨ ਨੰਬਰ 6 ਇਸ ਕਵਿਤਾ ਦੇ ਕਵੀ ਦਾ ਨਾਂ ਦੱਸੋ ਉੱਤਰ ਹੈ ਸ੍ਰੀ ਸਰਦਾਰ ਚਰਨ ਸਿੰਘ ਸ਼ਹੀਦ ਹੁਣ ਅਗਲਾ ਪ੍ਰਸ਼ਨ ਹੈਗਾ ਹੈ ਖਾਲੀ ਥਾਵਾਂ ਭਰੋ ਖਾਲੀ ਥਾਵਾਂ ਭਰੋ ਇਸ ਵਿੱਚ ਥਾੜੇ ਥੱਲੇ ਉੱਤਰ ਥੱਲੇ ਦਿੱਤੇ ਗਏ ਨੇ ਤੁਸੀਂ ਇਹ ਭਰਨੇ ਨੇ ਕਾਪੀ 'ਚ ਲਿਖਨੇ ਨੇ ਤੇਰੇ ਇਸ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾਉਂ ਠੀਕ ਹੈ ਡਾਕਟਰ ਨੇ ਦੇਖ ਬਿਮਾਰੀ ਨੁਸਖਾ ਲਿਖ ਪਕੜਾਇਆ ਅੱਲਾ ਬਖਸ਼ੇ ਫੂਕ ਉਸਦੀ ਵਾਂਘਨੇਰੀ ਆਈ ਤੇ ਇਹ ਤਿੰਨ ਹੀ ਖਾਲੀ ਥਾਵਾਂ ਸਨ ਤੇ ਚੌਥਾ ਪ੍ਰਸ਼ਨ ਹੈਗਾ ਇਹ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਨੁਸਖਾ ਨਲਕੀ ਫੂਕ ਮਗਜ ਖੌਂ ਖੌਂ ਬਿੱਜੂ ਸ਼ਕਲ ਹਟਕਰੇ ਪੀਸ ਪੂਸ ਟਿਚਨ ਨਥਨੇ ਪਹਿਲ ਸੁਸਤ ਇਹਨਾਂ ਦੀ ਆਰਥ ਸਤੇ ਤੁਸੀਂ ਨਹੀਂ ਦੱਸਨੇ ਇਹਨਾਂ ਦੇ ਸਿਰਫ ਵਾਕ ਬਣਾਣੇ ਨੇ ਤੇ ਮੈਂ ਪੜ੍ਹ ਕੇ ਸੁਣਾਉਂਦੀ ਹਾਂ ਨੁਸਖਾ ਡਾਕਟਰ ਨੇ ਬੁੱਧੂ ਨੂੰ ਨੁਸਖਾ ਲੈ ਲਿਖ ਕੇ ਦਿੱਤਾ ਨਲਕੀ ਬੁੱਧੂ ਨੇ ਨਲਕੀ ਰਾਹੀ ਖੋਤੇ ਨੂੰ ਦਵਾਈ ਦਿੱਤੀ ਫੂਕ ਖੋਤੇ ਦੀ ਫੂਕ ਹਨੇਰੀ ਵਾਂਗ ਤੇਜ ਸੀ ਮਗਜ ਸੁਸ਼ੀਲ ਨੇ ਕਿਹਾ ਮੇਰਾ ਮਗਜ ਨਾ ਖਾ ਮੈਨੂੰ ਕੰਮ ਕਰਨ ਦੇ ਖਾਉ ਖਾਉ ਬੁੱਧੂ ਖਾਉ ਖਾਉ ਕਰਦਾ ਡਾਕਟਰ ਕੋਲ ਆਇਆ ਬਿੱਜੂ ਬਿੱਜੂ ਇੱਕ ਕਿਸਮ ਦਾ ਜਾਨਵਰ ਹੈ ਸ਼ਕਲ RAM ਸ਼ਕਲ ਸੂਰਤਾਂ ਸੋਨਾ ਮਨੁੱਖ ਮਨੁੱਖਾ ਸੀ ਹਟਕੋਰੇ ਬੁੱਧੂ ਹਟਕੋਰੇ ਲੈ ਲੈ ਕੇ ਆਪਣੀ ਹਾਲਤ ਬਿਆਨ ਕਰਨ ਲੱਗਾ ਪੀਸ ਪੂਸ ਬੁੱਧੂ ਨੇ ਚੀਜ਼ਾਂ ਨੂੰ ਪੀਸ ਪੂਸ ਕੇ ਦਵਾਈ ਬਣਾਈ ਟਿਚਨ ਬੁੱਧੂ ਨੇ ਖੋਤੇ ਲਈ ਦਵਾਈ ਟਿਚਨ ਕਰ ਲਈ ਮੀਨਸ ਤਿਆਰ ਕਰ ਲਈ ਨਥ ਨੇ ਬੁੱਧੂ ਨੇ ਨਲਕੀ ਖੋਤੇ ਦੇ ਨਥ ਨੇ ਅੰਦਰ ਪਾ ਦਿੱਤੀ ਪਹਿਲ ਪਹਿਲ ਕਰਨ ਵਾਲੇ ਦੀ ਹੀ ਜਿੱਤ ਹੁੰਦੀ ਹੈ ਸੁਸਤ ਸੁਸਤ ਰਹਿਣ ਵਾਲੇ ਪਿੱਛੇ ਰਹੀ ਜਾਂਦੇ ਹਨ ਇਸ ਤਰ੍ਹਾਂ ਪੰਜਵਾਂ ਪ੍ਰਸ਼ਨ ਹੈਗਾ ਇਸ ਤਰ੍ਹਾਂ ਦੀ ਕੋਈ ਰੋਜ਼ ਹਾਸੇ ਵਾਲੀ ਕਵਿਤਾ ਆਪਣੀ ਜਮਾਤ ਵਿੱਚ ਸੁਣਾਓ ਤੁਹਾਨੂੰ ਇਹ ਕਵਿਤਾ ਨਹੀਂ ਚਾਹੀਦੀ ਹੈ ਤੁਸੀਂ ਕਦੇ ਵੀ ਜਦੋਂ ਸਕੂਲ ਆਓਗੇ ਕਵਿਤਾ ਸੁਣਾਓਗੇ ਪ੍ਰੇਰ ਵਿੱਚ ਸੁਣਾਓਗੇ ਤਾਂ ਸਾਰਿਆਂ ਨੂੰ ਬੜੀ ਜ਼ੋਰ ਦੇ ਨਾਲ ਹੱਸਾ ਆਏਗਾ ਓਕੇ ਹਿੰਦੂ ਤੁਹਾਡਾ ਚੈਪਟਰ ਵੀ ਹੋ ਗਿਆ ਤੇ ਅਭਿਆਸ ਵੀ ਹੋ ਗਿਆ ਤੁਸੇ ਲਿਖਣਾ ਵੀ ਹੈ ਤੇ ਲਾਂਡ ਵੀ ਕਰਨਾ ਹੈਗਾ ਓਕੇ ਧੰਨਵਾਦ